गुरु जी का खालसा वाहिगुरु जी की फतेह। गुरु प्यारियो, ढोंग पखंड दिखावा अजकल हर पासे सिखरां ते है, क्योंकि जिसने भी चार पैसे वत कमाने होण ओह सब तो आसान रस्ता इख्तियार करता है भोली भाली जनता नूं बेवकूफ बनाउण दा। चाहे तिलक लगा के बह जावे, जटां वधा के बह जावे, या चोला पा के बह जावे, मकसद पिछे सिर्फ एक हुंदा है कि किदां आवाम नूं बेवकूफ बनाया जावे, किदां आवाम नूं अपने मगर लाया जावे। बेशक इस च कोई दुविधा नहीं है कि बहुत सारे चंगी विरती वाले भी साधु संत महात्मा महापुरख है ने, जो तन मन धन तो लोग सेवा विच जुटे हुए ने, पर बहुतात गिणती च उन्हां दी हो चुकी है जो धर्म दे चोले पा के अज दुकानदारियां चला रहे ने। खास करके अजिहे लोग जिहड़े आप अपने आप नूं रब समझदे होण या किसे नूं दान दक्षिणा देंदे होए सामने मत्थे टकांदे होण, बीबियां भैणां बजुर्ग औरतां उन्हां दे पैरीं हथ लांदियां होण, ਤਾਂ ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹੋਗੇ? ਅਜਿਹੇ ਇਨਸਾਨ ਨੂੰ ਤੁਸੀਂ ਕੋਈ ਮਹਾਂਪੁਰਖ ਆਖੋਗੇ ਜਾਂ ਇੱਕ ਢੋਂਗੀ ਜਾਂ ਪਖੰਡੀ ਆਖੋਗੇ? ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉੱਤੇ ਇਹ ਲਿਖਿਆ ਗਿਆ ਹੈ ਕਿ ਹੁਣ ਤੁਹਾਡੀਆਂ ਬੀਬੀਆਂ ਤੁਹਾਡੇ ਨਾਲ ਸੂਟਾਂ ਨੂੰ ਲੈ ਕੇ ਨਹੀਂ ਲੜਨਗੀਆਂ, ਕਿਉਂਕਿ ਮਾਰਕੀਟ ਵਿੱਚ ਇੱਕ ਨਵਾਂ ਬਾਬਾ ਆ ਗਿਆ ਹੈ, ਸੂਟਾਂ ਵਾਲਾ ਬਾਬਾ। ਆਓ ਮਾਰਦਿਆਂ ਨਜ਼ਰ ਕਿ ਕਿੱਦਾਂ ਬੀਬੀਆਂ ਨੂੰ ਭੈਣਾਂ ਨੂੰ ਸੂਟ ਵੰਡੇ ਜਾ ਰਹੇ ਨੇ ਅਤੇ ਪੈਰੀ ਹੱਥ ਲਵਾਏ ਜਾ ਰਹੇ ਨੇ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕਿਹੜੀ ਜਗ੍ਹਾ ਦੀ ਹੈ, ਪਰ ਇਸ ਵੀਡੀਓ ਨੂੰ ਵੇਖ ਕੇ ਤੁਹਾਡੇ ਜ਼ਹਿਨ ਵਿੱਚ ਕੀ ਆਉਂਦਾ ਹੈ ਜ਼ਰੂਰ ਬਿਆਨ ਕਰਨਾ। ਗੁਰੂ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ, ਜੇਕਰ ਅਸੀਂ ਚੰਗੀ ਸ਼ਰਧਾ ਦੇ ਨਾਲ ਕੋਈ ਵੀ ਦਾਨ ਪੁੰਨ ਕਰਦੇ ਹਾਂ ਤਾਂ ਸਾਨੂੰ ਪਖੰਡ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਅਗਰ ਅਸੀਂ ਦਾਨ ਪੁੰਨ ਕਰਕੇ ਦਿਖਾਵਾ ਕਰਦੇ ਹਾਂ, ਪਖੰਡ ਕਰਦੇ ਹਾਂ, ਪੈਰੀਂ ਹੱਥ ਲਵਾਉਂਦੇ ਹਾਂ, ਮੱਥੇ ਟਕਵਾਉਂਦੇ ਹਾਂ, ਤਾਂ ਫਿਰ ਕਿਤੇ ਨਾ ਕਿਤੇ ਉਹ ਸਾਡਾ ਕੀਤਾ ਹੋਇਆ ਦਾਨ ਪੁੰਨ ਕਿਸੇ ਖਾਤੇ ਵਿੱਚ ਨਹੀਂ ਆਉਂਦਾ, ਕਿਉਂਕਿ ਪਰਮਾਤਮਾ ਇੱਕੋ ਹੀ ਚੀਜ਼ ਕਹਿੰਦਾ ਹੈ ਕਿ ਅਗਰ ਅਸੀਂ ਦਾਨ ਕਰੀਏ ਤਾਂ ਹੱਥ ਨੂੰ ਹੱਥ ਦੀ ਖਬਰ ਨਹੀਂ ਹੋਣੀ ਚਾਹੀਦੀ। ਤਾਂ ਹੀ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਅਕਲੀ ਕੀਚੇ ਦਾਨ, ਕਿਉਂਕਿ ਅਗਰ ਅਸੀਂ ਅੱਖਾਂ ਬੰਦ ਕਰਕੇ ਦਾਨ ਕਰਦੇ ਹਾਂ, ਗੁਰੂ ਘਰ ਦੀਆਂ ਗੋਲਕਾਂ ਭਰਦੇ ਹਾਂ, ਮੰਦਰਾਂ ਦੀਆਂ ਗੋਲਕਾਂ ਭਰਦੇ ਹਾਂ, ਤਾਂ ਕੀ ਸਾਨੂੰ ਪਤਾ ਹੈ ਕਿ ਉਹ ਵਾਕਿਆ ਹੀ ਗਰੀਬ ਗੁਰਬਿਆਂ ਦੇ ਕੰਮ ਆ ਰਿਹਾ ਹੈ ਪੈਸਾ ਜਾਂ ਨਹੀਂ ਆ ਰਿਹਾ? ਕਿਉਂਕਿ ਤੁਸੀਂ ਬਾਖੂਬ ਜਾਣਦੇ ਹੋ ਕਿ ਅੱਜ ਤਾਂ ਗੁਰੂ ਘਰਾਂ ਦੀਆਂ ਗੋਲਕਾਂ ਵੀ ਸਿਆਸਤਦਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਖੁੱਲ੍ਹਦੀਆਂ ਨੇ ਅਤੇ ਲੋੜਵੰਦਾਂ ਦੀ ਮਦਦ ਵਾਸਤੇ ਸਿਰਫ ਕੁਝ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਨੇ ਜੋ ਤਨ ਮਨ ਧਨ ਤੋਂ ਸੇਵਾ ਵਿੱਚ ਜੁਟੀਆਂ ਹੋਈਆਂ ਨੇ, ਅਤੇ ਚਾਹੇ ਗੱਲ ਸਿਆਸਤਦਾਨਾਂ ਦੀ ਹੋਵੇ ਜਾਂ ਵੱਡੇ ਧਾਰਮਿਕ ਅਹੁਦੇਦਾਰਾਂ ਦੀ, ਉਹਨਾਂ ਨੇ ਸਿਰਫ ਅਤੇ ਸਿਰਫ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਨੇ, ਆਪਣੀਆਂ ਜੇਬਾਂ ਭਰਨੀਆਂ ਹੁੰਦੀਆਂ ਨੇ, ਅਤੇ ਅਜਿਹੇ ਲੋਕ, ਅਜਿਹੇ ਦੇਹਧਾਰੀ ਜੋ ਆਵਾਮ ਨੂੰ ਥੋੜ੍ਹਾ ਜਿਹਾ ਕੁਝ ਦੇ ਕੇ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਦਿਖਾਵਾ ਕਰਦੇ ਨੇ, ਅਜਿਹੇ ਲੋਕਾਂ ਤੋਂ ਅੱਜ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਕਿਉਂਕਿ ਅਸਲੀ ਧਰਮੀ ਉਹੀ ਇਨਸਾਨ ਹੈ ਜੋ ਆਪਣੇ ਧਰਮ ਵਿੱਚ ਪੱਕਾ ਹੋਵੇ, ਜੋ ਦੂਜਿਆਂ ਦੀ ਸੇਵਾ ਨਿਸਵਾਰਥ ਹੋ ਕੇ ਕਰੇ, ਜੋ ਕਿਸੇ ਨੂੰ ਕੁਝ ਦੇਣ ਲੱਗਿਆ ਇਹ ਨਾ ਸੋਚੇ ਕਿ ਉਸ ਨੂੰ ਉਸ ਦੇ ਇਵਜ਼ ਵਿੱਚ ਕੀ ਮਿਲ ਰਿਹਾ ਹੈ। ਪਰ ਅੱਜ ਬਹੁਤਾਤ ਲੋਕਾਂ ਦੀ ਇੱਕੋ ਹੀ ਮਨਸ਼ਾ ਹੈ ਕਿ ਜੇਕਰ ਕੁਝ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਨੂੰ ਉਸ ਦੇ ਬਦਲੇ ਕੁਝ ਜ਼ਰੂਰ ਮਿਲੇ। ਇਸ ਵੀਡੀਓ ਨੂੰ ਵੇਖ ਕੇ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।